ਤੇ ਅੱਗੇ ਵਧਦੇ ਹਾਂ ਤੇ ਹੁਣ ਸਿਆਸਤ ਤੋਂ ਹਟ ਕੇ ਖਬਰ ਹੈ ਇੱਕ ਮਾਸੂਮ ਬੱਚੇ ਦੀ ਜ਼ਿੰਦਗੀ ਨਾਲ ਜੁੜੀ ਹੋਈ। ਕਪੂਰਥਲਾ ਤੋਂ ਇਹ ਖਬਰ ਹੈ ਜਿੱਥੇ ਕਿ ਇੱਕ 2 ਸਾਲ ਦਾ ਮਾਸੂਮ ਨਾਲੇ ਵਿੱਚ ਡਿੱਗ ਪਿਆ। ਪੂਰੇ ਪ੍ਰਸ਼ਾਸਨ ਵੱਲੋਂ ਇਸ ਬੱਚੇ ਨੂੰ ਕੱਢਣ ਦੇ ਲਈ ਲਗਾਤਾਰ ਜੱਦੋਜਹਿਦ ਕੀਤੀ ਜਾ ਰਹੀ ਹੈ ਤੇ ਬਠਿੰਡਾ ਤੋਂ NDRF ਦੀਆਂ ਟੀਮਾਂ ਨੂੰ ਵੀ ਇੱਥੇ ਸੱਦ ਲਿਆ ਗਿਆ। ਪਹਿਲਾਂ ਇੱਥੇ ਦੱਸਿਆ ਜਾ ਰਿਹਾ ਇਸ ਨਾਲੇ ਦੇ ਵਿੱਚ ਮਾਂ ਆਪਣੇ ਬੱਚੇ ਦੇ ਸਮੇਤ ਡਿੱਗ ਪਈ ਸੀ, ਪੈਰ ਤਿਲਕ ਗਿਆ ਸੀ। ਮਾਂ ਕਿਵੇਂ ਕਿਵੇਂ ਕਰਕੇ ਬਾਹਰ ਨਿਕਲ ਆਈ ਪਰ ਉਸਦਾ 2 ਸਾਲ ਦਾ ਬੱਚਾ ਇਸ ਨਾਲੇ ਦੇ ਵਿੱਚ ਹੀ ਕਿਤੇ ਗੁੰਮ ਹੋ ਗਿਆ, ਜਿਸ ਨੂੰ ਲਗਾਤਾਰ ਲੱਭਣ ਲਈ ਹੁਣ ਉਸਦੇ ਨਾਲੇ ਦੇ ਆਲੇ ਦੁਆਲੇ ਦੀ ਸਾਰੀ ਜਗ੍ਹਾ ਜਿਹੜੀ ਹੈ ਉਹ ਪੱਟੀ ਜਾ ਰਹੀ ਹੈ ਤਾਂ ਕਿ ਉਸ ਬੱਚੇ ਦੀ ਜਿਹੜੀ ਹੈ ਉਸ ਨੂੰ ਕਿਸੇ ਤਰ੍ਹਾਂ ਕੱਢਿਆ ਜਾ ਸਕੇ। ਜੇ ਜ਼ਿੰਦਗੀ ਉਸ ਦੀ ਬਚੀ ਹੈ ਤਾਂ ਉਸ ਨੂੰ ਬਚਾਇਆ ਜਾ ਸਕੇ। ਉਮੀਦ ਜਿਹੜੀ ਹੈ ਇਹ ਉਸ ਤਰ੍ਹਾਂ ਨਾਲ ਬਰਕਰਾਰ ਰੱਖੀ ਜਾ ਰਹੀ ਹੈ ਕਿ ਸ਼ਾਇਦ ਉਹ ਬੱਚਾ ਬਚ ਜਾਵੇ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਨਾਲੇ ਦੇ ਆਲੇ ਦੁਆਲੇ ਦੀ ਪੂਰੀ ਜਗ੍ਹਾ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ, ਪੱਟਿਆ ਜਾ ਰਿਹਾ, ਉਸ ਜਗ੍ਹਾ ਨੂੰ ਖਾਲੀ ਕੀਤਾ ਜਾ ਰਿਹਾ। ਇਹ ਉਸਦੀ ਮਾਂ ਹੈ ਉਸ ਬੱਚੇ ਦੀ ਜਿਹੜੀ ਮੰਦਭਾਗੀ ਜਿਸ ਨਾਲ ਇਹ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਕਿ ਇਹ ਨਾਲਾ ਜਿਹੜਾ ਇਹਨਾਂ ਦੇ ਘਰ ਦੇ ਬਾਹਰ ਸੀ ਉੱਥੇ ਇਹ ਇੱਕ ਥੋੜ੍ਹਾ ਜਿਹਾ ਰਾਹ ਬਣਾ ਕੇ ਉੱਥੋਂ ਲੰਘਦੇ ਸਨ, ਕੋਈ ਜ਼ਿਆਦਾ ਵਧੀਆ ਰਸਤਾ ਨਹੀਂ ਸੀ ਉਹ, ਅਤੇ ਉੱਥੋਂ ਲੰਘਦੇ ਹੋਏ ਉਸਦਾ ਪੈਰ ਤਿਲਕ ਗਿਆ। ਇਹ ਉਹ ਜਗ੍ਹਾ ਹੈ ਜਿੱਥੇ ਕਿ ਇਸਦੀ ਮਾਂ ਦਾ ਜਿਹੜਾ ਹੈ ਬੱਚੇ ਦੀ ਮਾਂ ਦਾ ਪੈਰ ਤਿਲਕਿਆ। ਇੱਥੇ ਇੱਕ ਤੁਸੀਂ ਦੇਖ ਸਕਦੇ ਹੋ ਥੋੜ੍ਹੀ ਜਿਹੀ ਜਗ੍ਹਾ ਬਣੀ ਹੋਈ ਹੈ ਤੁਰਨ ਦੇ ਲਈ, ਇੱਥੋਂ ਇਹ ਲੰਘ ਰਹੀ ਸੀ ਅਤੇ ਇਸੇ ਜਗ੍ਹਾ 'ਤੇ ਉਸਦਾ ਪੈਰ ਤਿਲਕਿਆ ਅਤੇ ਬੱਚਾ ਜਿਹੜਾ ਹੈ ਉਸ ਨਾਲਾ ਜਦੋਂ ਨੀਚੇ ਨੂੰ ਜਾ ਰਿਹਾ ਉਸ ਜਗ੍ਹਾ 'ਤੇ ਉਹ ਬੱਚਾ ਰੁੜ ਗਿਆ। 2 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਹੈ। ਹਰ ਕੋਈ ਅਰਦਾਸ ਕਰ ਰਿਹਾ ਕਿ ਉਸ ਬੱਚੇ ਦੀ ਜ਼ਿੰਦਗੀ ਬਚ ਜਾਵੇ। ਤਸਵੀਰਾਂ ਜਿਹੜੀਆਂ ਨੇ ਇਹ ਆਪਣੇ ਆਪ ਦੇ ਵਿੱਚ ਕਾਫੀ ਕੁਝ ਬਿਆਨ ਕਰ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਵਿੱਚ ਬੱਚਾ ਹੇਠਾਂ ਰੁੜ ਗਿਆ ਅਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕਿੰਨੇ ਵਜੇ ਗਈ ਰਾਜੇ? 12 बजे। कितने साल का है बच्चा? 1.5 साल का। ये कैसे कैसे गिरा? कैसे पता नहीं हमको, आके हम तलाते हैं। 2 साल का बच्चा है। 2 साल। 2 साल अकेला बच्चा गिरा के और कोई भी गिरा? बच्चे गिरा, 2 साल का बच्चे। बारा फांसी उसका साथ में कांड हुई क्योंकि जब बच्चे गिर गया ना बस वो चिकन मारने लगे तो ऐसे सुमरी बटाने लगे जाते बच्चे फ्रेश नहीं बोलता। 3 पैंता पे आता पैर पिछल गया बाहर निकल आए बाहरों ने आया दुकान में मरा मरा मीका नहीं पहनता ही पैर पिछल गया वो अंदर बढ़ गया। ਕਪੂਰਥਲਾ ਤੋਂ ਮੇਰੇ ਸਹਿਯੋਗੀ ਚਰਨਜੀਤ ਸਾਡੇ ਨਾਲ ਜੁੜ ਰਹੇ ਨੇ ਇਸ ਦੇ ਉੱਪਰ ਅਪਡੇਟ ਦੇਣ ਦੇ ਲਈ। ਚਰਨਜੀਤ, ਫਿਲਹਾਲ ਕੀ ਕੁਝ ਪਤਾ ਲੱਗਿਆ ਬੱਚੇ ਦੀ ਜਿਹੜੀ ਤਲਾਸ਼ ਕੀਤੀ ਜਾ ਰਹੀ ਹੈ ਉਸ ਬਾਰੇ? ਜੀ ਬਲਵਿੰਦਰ ਜੀ, ਦੁਪਹਿਰ ਦਾ ਜਿਹੜਾ ਬੱਚਾ ਉਹ ਡਿੱਗਾ ਹੋਇਆ ਵਾ ਹਜੇ ਤੱਕ ਜਿਹੜੀ ਆ ਉਹਦਾ ਪ੍ਰਸ਼ਾਸਨ ਵੱਲੋਂ JCB ਲਾਈਆਂ ਗਈਆਂ, ਹਰੇਕ ਉਪਰਾਲਾ ਕੀਤਾ ਜਾ ਰਿਹਾ ਪਰ ਹਜੇ ਤੱਕ ਬੱਚਾ ਜਿਹੜਾ ਉਹ ਨਹੀਂ ਮਿਲ ਰਿਹਾ। ਜਿਸ ਟਾਈਮ ਥੋੜੀ ਜਿਹੀ ਬਾਰਿਸ਼ ਪੈ ਰਹੀ ਸੀਗੀ ਕਿ ਬੱਚਾ ਜਿਹੜਾ ਉਹ ਤੇ ਮਾਂ ਉਸਦੀ ਆਪਣੇ ਜਿਹੜੀ ਝੁੱਗੀ ਤੋਂ ਕ੍ਰੋਸ ਕਰਦੇ ਸੀ, ਪ੍ਰਵਾਸੀ ਮਜ਼ਦੂਰ ਆ, 2 ਸਾਲ ਦੇ ਕਰੀਬ, 2 ਤੋਂ 3 ਸਾਲ ਦਾ ਇਹ ਬੱਚਾ ਵਾ, ਉਹਦਾ ਪੈਰ ਪਿਸਣ ਦੇ ਕਾਰਨ ਇਸ ਨਿਕਾਸੀ ਨਾਲੇ ਦੇ ਵਿੱਚ ਜਿਹੜਾ ਉਹ ਡਿੱਗ ਗਿਆ। ਉਸ ਤੋਂ ਬਾਅਦ ਉਸਦੀ ਮਾਂ ਨੇ ਉਸਨੂੰ ਫੜਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਲੈਂਟਰ ਦੇ ਥੱਲੇ ਚਲੇ ਗਿਆ। ਉਸ ਤੋਂ ਅਗਲੀ ਸਾਈਡ ਤੇ ਉਸਦੀ ਮਾਂ ਨੇ ਵੀ ਤੁਰੰਤ ਛਾਲ ਮਾਰ ਦਿੱਤੀ ਆਪਣੇ ਬੱਚੇ ਨੂੰ ਬਚਾਉਣ ਲਈ ਪਰ ਉਸਨੂੰ ਲੋਕਾਂ ਦੇ ਉੱਥੋਂ ਉਹਨੂੰ ਕੱਢ ਲਿਆ ਗਿਆ। ਪਰ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਜਿਹੜੇ ਪ੍ਰਬੰਧ ਜਿਹੜੇ ਆ ਮੁਕੰਮਲ ਨਹੀਂ ਸੀਗੇ, ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਦਾ ਜਿਹੜੀ ਘਟਨਾ ਵਾਪਰਦੀ ਆ ਕੋਈ NDRF ਦੀ ਟੀਮ ਜਿਹੜੀ ਆ ਤਕਰੀਬਨ 6-7 ਘੰਟੇ ਹੋ ਗਏ ਹਜੇ ਤੱਕ ਜਿਹੜੀ ਪਹੁੰਚੀ ਨਹੀਂ। DC ਸਾਹਿਬ ਮੌਕੇ ਤੇ ਹੁਣ ਪਹੁੰਚੇ ਸੀਗੇ, ਉਹਨਾਂ ਨੇ ਦੱਸਿਆ ਕਿ NDRF ਦੀ ਜਿਹੜੀ ਟੀਮ ਆ ਬਠਿੰਡੇ ਤੋਂ ਆ ਰਹੀ ਆ, ਆਰਮੀ ਵੀ ਬੁਲਾਈ ਗਈ ਆ ਪਰ ਹਜੇ ਤੱਕ ਸੂਰਜ ਛਿਪ ਚੁੱਕਾ ਵਾ ਪਰ ਹਜੇ ਤੱਕ ਜਿਹੜਾ ਬੱਚੇ ਦੀ ਭਾਲ ਜਾਰੀ ਆ। ਕੋਈ ਵੀ ਹਜੇ ਤੱਕ ਬੱਚੇ ਦਾ ਕੋਈ ਵੀ ਸੁਰਾਗ ਨਹੀਂ ਲੱਭ ਰਿਹਾ ਕਿ ਬੱਚਾ ਕਿੱਥੇ ਆ। ਜੀ ਬਲਵਿੰਦਰ ਜੀ ਜੀ, ਬੇਹੱਦ ਇਹ ਜਿਹੜੀਆਂ ਦੁੱਖ ਵਾਲੀਆਂ ਤਸਵੀਰਾਂ ਦੇਖ ਪਾ ਰਹੇ ਹਾਂ ਅਸੀਂ। ਅਤੇ ਚਰਨਜੀਤ, ਜਿਸ ਹਿਸਾਬ ਨਾਲ ਇਹ ਇੱਥੇ ਬੱਚਾ ਗਿਰਿਆ, 6-7 ਘੰਟੇ ਹੋ ਚੁੱਕੇ ਨੇ ਅਤੇ ਜੇ ਪਾਣੀ ਵਿੱਚ ਗਿਰਿਆ ਤਾਂ ਬਹੁਤ ਉਮੀਦ ਜਿਹੜੀ ਹੈ ਘੱਟ ਰਹਿ ਸਕਦੀ ਹੈ ਉਸਦੇ ਜਿਉਂਦਾ ਬਾਹਰ ਨਿਕਲਣ ਦੀ। ਬਿਲਕੁਲ ਜੀ, ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਤਸਵੀਰਾਂ ਇਹ ਵਾਇਰਲ ਹੋ ਰਹੀਆਂ, ਅਰਦਾਸ ਕਰ ਰਹੇ ਆ ਲੋਕ, ਕਪੂਰਥਲਾ ਦੇ ਵੀ ਵਿਦੇਸ਼ ਵਿਦੇਸ਼ 'ਚ ਬੈਠੇ ਜਿਹੜੇ ਆ ਉਹ ਵੀ ਅਰਦਾਸ ਕਰ ਰਹੇ ਆ ਕਿ ਜਿਹੜੇ ਬੱਚੇ ਦੀ ਉਹ ਜ਼ਿੰਦਗੀ ਬਚ ਜਾਵੇ। ਪਰ ਪ੍ਰਸ਼ਾਸਨ ਵੱਲੋਂ ਜ਼ੋਰ ਲਾਇਆ ਜਾ ਰਿਹਾ, ਲੈਂਟਰ ਤੋੜੇ ਜਾ ਰਹੇ ਜੋ ਕਿ ਕਿਉਂਕਿ ਥੱਲੇ ਜਾ ਚੁੱਕਾ ਬੱਚਾ ਕਾਫੀ ਅੱਗੇ, ਪਰ ਹਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਰਿਹਾ ਕਿ ਹਾਂ ਵੀ ਬੱਚਾ ਕਿੱਥੇ ਹੋ ਸਕਦਾ ਕਿਉਂਕਿ ਉਸ ਟਾਈਮ ਪਾਣੀ ਕਾਫੀ ਜਿਹੜਾ ਵਾ ਵਹਾਣ ਸੀਗਾ। ਬੱਚਾ ਕਿੰਨੀ ਦੂਰ ਚਲ ਗਿਆ, ਕਦੋਂ ਮਿਲੇਗਾ, ਇਸ ਦੀ ਸਾਰਿਆਂ ਨੂੰ ਜਿਹੜੀ ਆ ਉਡੀਕ ਆ ਕਿ ਪਰਮਾਤਮਾ ਉਸਨੂੰ ਠੀਕ ਠਾਕ ਰੱਖੇ, ਉਸ
बच्चे फिर अपनी मां के कोल अपनी गोदी दे चके परमात्मा दे अगे जिहड़ी अरदास लोकां वल्लों कीती जा रही है। बिल्कुल चरणजीत, ए भी इत्थे देखण नूं मिल रहा है कि जिहड़ा जिस तरह NDRF नूं सद्या जा रहा है, इन्हां दे कोल उस तरह के कोई प्रबंध नहीं ने कि इस तरह की कोई सिचुएशन आ जाए। इस टाइम कुछ बयान आ रहे हैं, वो बयान भी जो दर्शकों से सुना दिए। बिल्कुल जी, जिहड़े कि इत्थे जिहड़े प्रबंध पंजाब दे विच ज्यादातर कदे बूर दे विच बच्चा सी, इहदे वास्ते जिन्ने भी रिसोर्सिस मुहैया करा सकदे सी असीं ऑलरेडी करा दित्ते हैगे। आर्मी दे ऑलरेडी साडे कोल CO साहब इत्थे ही खड़े हैगे, इन्हां ने भी सानूं अपनी जिहड़ी एक्सपर्टीज़ आ उह भी दित्ती हैगी है। प्लस असीं NDRF दी टीम नाल भी गल कीती है, वह भी आ रही हैगी है, क्योंकि जो कंक्रीट ब्लॉक है बहुत ही ज़्यादा थिक हैगा, इहनूं असीं बड़े जोर नाल नहीं तोड़ सकते। जे कितें बच्चा थले हैगा तो उहदी जान नूं खतरा हो सकता हैगा, इहनूं असीं बड़े एहतियात खोलन के वास्ते स्पैशलाइज जी मशीनरी है वो भी मंगाई हैगी। प्लस NDRF की टीम ने भी आके हमने ऑपरेशन जल्दी ही शुरू कर दी। असी तुहानू सारे नूं पता है कि मैं उत्थे फगवाड़े सीगा, फगवाड़े तो आने तो बाद इत्थे पहुंचे हैंगे असी। एंड आ भी नहीं हैगा कि साडा जिहड़ा रिस्पोंस टाइम स्लो सीगा, रिस्पोंस बिल्कुल प्रॉपर टाइम पर होया हैगा। एंड सारे ऑफिसर सवेर दे हैगे, ऑलरेडी अपने ही भरावान ने कहा हैगा कि ऑफिसर सवेर दे लगे हुए हैं। इट इज़ अ कॉम्प्लीकेटेड ऑपरेशन। तो प्रशासन का असी बयान सुन रहे थे चरणजीत, असी सुन जिहड़े प्रशासन शायद DC जिहड़े ने कह रहे हैं कि हाँ असी लगातार लगे हुए हैं, साढ़े को आर्मी की एक्सपर्टीज़ भी है, पर इत्थों देखने को यह लगता है कि जो इस तरह का कोई हादसा वापर जाता है तो इस मामले करना की चाहिए, जिवें NDRF एक्सपर्ट होंगी इतने शायद वो एक्सपर्टीज़ की कमी है। बिल्कुल जी, देखो बठिंडे तो कपूरथला जिहड़ा तकरीबन 170 किलोमीटर के करीब है, जेकर बठिंडे तो आने लिए भी घट्टो घट 2 या 2.5 घंटे 3 घंटे जिहड़े लग जाने तकरीबन, जेकर पंजाब सरकार ने जेकर यह प्रबंध नेड़े नेड़े किए होने तकरीबन 50 किलोमीटर के या 25-30 किलोमीटर के इस तरह टीमां होण जिहड़ियां कि तुरंत इस तरह की कोई भी घटना वापरती है कि उस ਨੂੰ ਬਚਾਇਆ ਜਾ ਸਕੇ, ਚਾਹੇ ਉਹ ਬੋਰ ਦੇ ਵਿੱਚ ਡਿੱਗਾ ਜਾਂਦਾ ਬੱਚਾ, ਚਾਹੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ। ਜੇਕਰ ਇਸ ਤਰ੍ਹਾਂ ਦੀ ਆ ਜਿਹੜੀ ਘਟਨਾ ਕਪੂਰਥਲੇ 'ਚ ਵਾਪਰਨ ਤੋਂ ਬਚ ਸਕਦੀ ਸੀ, ਜੇਕਰ ਪੈਰਿਸ ਕਹਿਣ ਵਾਲਾ ਸ਼ਹਿਰ ਜਿਹੜਾ ਵਾ ਉਹ ਗੰਦਗੀ ਦੇ ਢੇਰਾਂ ਦੇ ਵਿੱਚ ਚੱਲ ਰਿਹਾ ਔਰ ਨਾਲੇ ਜਿਹੜੇ ਖੁੱਲੇ ਛੱਡੇ ਜਾ ਰਹੇ ਆ। ਨਗਰ ਨਿਗਮ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ, ਕਾਫੀ ਦਿਨਾਂ ਤੋਂ ਖਬਰਾਂ ਵੀ ਲੱਗ ਰਹੀਆਂ ਵਾ, ਹਜੇ ਤੱਕ ਕਪੂਰਥਲੇ ਦੇ ਵਿੱਚ ਪਾਣੀ ਦੀ ਨਿਕਾਸੀ ਜਿਹੜੀ ਆ ਹੋ ਨਹੀਂ ਸਕੀ, ਜਿੱਥੇ ਕਿ ਕਾਂਗਰਸ ਦਾ ਤਕਰੀਬਨ 20-25 ਸਾਲ ਤੋਂ ਰਾਜ ਚੱਲ ਰਿਹਾ ਹੈ। ਰਾਣਾ ਗੁਰਜੀਤ ਸਿੰਘ ਆਪਣੇ ਆਪ ਨੂੰ ਮਿੰਨੀ ਪੈਰਿਸ ਜਿਹੜਾ ਕਪੂਰਥਲੇ ਦਾ ਸ਼ਹਿਰ ਬਣਾਉਣ ਦੀ ਗੱਲ ਕਰਦਾ ਸੀ ਜਦੋਂ 2001 ਦੇ ਵਿੱਚ ਆਇਆ, ਪਰ ਅੱਜ ਤੱਕ ਇਹਨਾਂ ਕੋਲ ਇਹੀ ਚੀਜ਼ ਨਹੀਂ ਢੱਕ ਹੋਈ ਤੇ ਨਾਲੇ ਜਿਹੜੇ ਆ ਉਹ ਢਕੇ ਜਾਂਦੇ। ਅੱਜ ਇਹ ਬੱਚਾ ਜਿਹੜਾ ਉਹ ਬਚ ਸਕਦਾ ਸੀ ਆਪਦੀ ਮਾਂ ਤੋਂ, ਜਿਹੜਾ ਦੂਰ ਨਹੀਂ ਜਾਂਦਾ। ਇਸ ਤਰ੍ਹਾਂ ਦੀ ਜੇਕਰ ਘਟਨਾ ਵਾਪਰੀ ਹੈ ਤਾਂ ਕੁਝ ਨਾ ਕੁਝ ਪੰਜਾਬ ਸਰਕਾਰ ਆ ਤੇ ਜੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਿ ਇਸ ਤਰ੍ਹਾਂ ਦੀਆਂ ਘਟਨਾ ਵਾਪਰਨ ਤੋਂ। ਇਸ ਚੀਜ਼ ਵੀ ਸੋਚਣਾ ਚਾਹੀਦਾ ਸਰਕਾਰਾਂ ਨੂੰ ਕਿ ਹੋਰ ਚੀਜ਼ਾਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਮੁੱਢਲੀਆਂ ਚੀਜ਼ਾਂ ਨੇ, ਨਾਲੇ ਢਕੇ ਹੋਣੇ ਚਾਹੀਦੇ ਨੇ, ਕਿ ਕਿਸੇ ਦਾ ਲਾਂਘਾ ਹੈ ਉੱਥੇ ਇਸ ਤਰ੍ਹਾਂ ਦਾ ਰਾਹ ਨਾ ਹੋਵੇ ਕਿ ਉਸਦਾ ਪੈਰ ਤਿਲਕੇ ਅਤੇ ਜ਼ਿੰਦਗੀ ਜਿਹੜੀ ਹੈ ਉਹ ਲੈ ਜਾਵੇ ਆਪਣੇ ਨਾਲ। ਇੱਕ 2 ਸਾਲ ਦੇ ਮਾਸੂਮ ਦਾ ਕੀ ਕਸੂਰ ਸੀ, ਇਹ ਨਾਲਾ ਢਕਿਆ ਹੁੰਦਾ ਤਾਂ ਸ਼ਾਇਦ ਇਹ ਹਾਲ ਨਾ ਹੁੰਦਾ।